ਨੋਟਿਸ ਦਿੱਤਾ ਹੈ, ਸਿਹਤ ਮੰਤਰਾਲਿਆਂ ਵੱਲੋਂ ਆਪਣੀ ਗੱਲ ਵੀ ਹੋਈ ਹੈ। ਹੁਣ ਨਵਾਂ ਮੋੜ ਆਇਆ ਕਿ ਉਹਨਾਂ ਨੇ ਟ੍ਰੀਟਮੈਂਟ ਹੀ 3 ਮਹੀਨੇ ਵਿਦੇਸ਼ 'ਚ ਰਹਿ ਕੇ ਕਰਾਇਆ, ਇਹਦਾ ਮਤਲਬ ਕੀ ਬਣਦਾ ਫਿਰ ਨੋਟਿਸ ਦਾ? ਦੇਖੋ, ਅੱਜ ਮੀਡੀਆ ਦੇ ਹਵਾਲੇ ਦੇ ਰਾਹੀਂ ਇੱਕ ਨਵੀਂ ਖਬਰ ਸੁਣਨ ਨੂੰ ਮਿਲੀ ਸੀ, ਤੇ ਉਹਦੇ ਵਿੱਚ ਇਹ ਕਿਹਾ ਗਿਆ ਵੀ ਜਿਹੜਾ ਇਹ ਡਾਇਗਨੋਸ ਸਟਾਰਟ ਕੀਤਾ ਗਿਆ ਇਹ ਵਿਦੇਸ਼ ਤੋਂ ਕਰਵਾਇਆ ਗਿਆ ਸੀਗਾ। ਜੇ ਇਹ ਗੱਲ ਦੀ ਸੱਚਾਈ ਹੈ ਫਿਰ ਮੈਨੂੰ ਲੱਗਦਾ ਵੀ ਸੈਂਟਰ ਗਵਰਨਮੈਂਟ ਨੂੰ ਇਹ ਨੋਟਿਸ ਦੇਣ ਦੀ ਥੋੜ੍ਹੀ ਜ਼ਿਆਦਾ ਗਲਤ ਕਾਹਲੀ ਕਰ ਬੈਠੇ, ਕਿਉਂਕਿ ਜੇ ਇਹ ਵਿਦੇਸ਼ ਦੇ ਵਿੱਚੋਂ ਸ਼ੁਰੂ ਹੋਇਆ ਗਾ ਤਾਂ ਡਿਲੀਵਰੀ ਤਾਂ ਕਿਤੇ ਵੀ ਹੋ ਸਕਦੀ ਸੀਗੀ। ਇਸ ਕਰਕੇ ਫਿਰ ਕੋਈ ਅਫੈਂਸ, ਫਿਰ ਤਾਂ ਕੋਈ ਅਫੈਂਸ ਬਣਦਾ ਹੀ ਨਹੀਂ ਗਾ। ਇਸ ਕਰਕੇ ਜੇ ਚਲੋ ਜੇ ਕੋਈ ਅਜਿਹੀ ਗੱਲ ਵੀ ਸੀ ਤਾਂ ਪਰਿਵਾਰ ਨਾਲ ਕੋਈ ਬਹਿ ਕੇ ਗੱਲ ਕੀਤੀ ਜਾ ਸਕਦੀ ਸੀ, ਸਟੇਟ ਗਵਰਨਮੈਂਟ ਦੀ ਡਿਊਟੀ ਲਾਈ ਜਾ ਸਕਦੀ ਸੀਗੀ। ਇਹ ਇੰਨਾ ਵੱਡਾ ਜਿਹੜਾ ਇਹ ਨੋਟਿਸ ਦੇਣ ਦੀਆਂ ਜਿੰਨੀਆਂ ਦਿੱਤੀਆਂ ਗਈਆਂ ਨੋਟਿਸ ਦਿੱਤੇ ਗਏ ਨੇ, ਇਹ ਬਹੁਤ ਜਲਦਬਾਜ਼ੀ ਆ। ਅਤੇ ਸਵੇਰੇ ਮੈਂ ਫੂਲਕਾ ਸਾਹਿਬ ਨੂੰ ਵੀ ਸੁਣ ਰਿਹਾ ਸੀਗਾ ਅਤੇ ਉਹਨਾਂ ਦੇ ਅਸਿਸਟੈਂਟ ਨਾਲ ਗੱਲ ਵੀ ਹੋਈ ਸੀਗੀ, ਕਿਉਂਕਿ ਮੈਂ ਵੀ ਜਾਣਨਾ ਚਾਹੁੰਦਾ ਸੀਗਾ ਵੀ ਜਿਵੇਂ ਉਹ ਕਹਿ ਰਹੇ ਸੀਗੇ ਵੀ ਇਹ ਤਾਂ ਬਾਹਰੋਂ ਵਿਦੇਸ਼ 'ਚੋਂ ਹੋਇਆ ਗਾ, ਤਾਂ ਇਸ ਗੱਲ ਦੀ ਜਾਣਕਾਰੀ ਵੀ ਹੋਣੀ ਜ਼ਰੂਰੀ ਸੀ। ਪਰ ਜੇ ਵਿਦੇਸ਼ 'ਚੋਂ ਹੋਇਆ ਗਾ ਤਾਂ ਜਿਹੜੀ ਆਪਣੀ ਸੈਂਟਰ ਗਵਰਨਮੈਂਟ ਆ ਜਾਂ ਸਟੇਟ ਗਵਰਨਮੈਂਟ ਆ, ਫਿਰ ਜਦੋਂ ਅਫੈਂਸ ਹੀ ਨਹੀਂ ਕੋਈ ਹੋਇਆ ਹੈਗਾ ਤਾਂ ਫਿਰ ਨੋਟਿਸ ਦੇਣ ਦਾ ਵੀ ਕੀ ਐਡੀ ਮਜਬੂਰੀ ਬਣ ਗਈ ਸੈਂਟਰ ਗਵਰਨਮੈਂਟ ਨੂੰ ਜਿਹੜਾ ਇਹ ਨੋਟਿਸ ਦਿੱਤਾ ਗਿਆ ਹੈਗਾ। ਕਿਸੇ ਕੀ ਲੱਗਦਾ ਕਿ ਚਲੋ ਨੋਟਿਸ ਦੇਤਾ, ਪੰਜਾਬ ਸਰਕਾਰ ਉਸ ਨੂੰ ਰੋਕ ਸਕਦੀ ਸੀ ਹਲੇ ਫਿਲਹਾਲ ਜਾਂ ਡਿਲੇ ਕਰ ਸਕਦੀ ਸੀ, ਇੰਨਾ ਕੁ ਤਾਂ ਪੰਜਾਬ ਸਰਕਾਰ ਦੇ ਹੱਥ 'ਚ? ਬਿਲਕੁਲ, ਮੈਂ ਤੁਹਾਨੂੰ ਪਹਿਲਾਂ ਇਹ ਗੱਲ ਕਹੀ ਆ ਸ਼ੁਰੂ ਦੇ ਵਿੱਚ ਵੀ ਨੋਟਿਸ ਦੇਣ ਲੱਗੇ ਕਾਹਲੀ ਕਰ ਗਏ, ਘੱਟੋ ਘੱਟ ਬੱਚੇ ਨੂੰ ਉਹਦੀ ਮਦਰ ਨੂੰ ਪਰਿਵਾਰ ਨੂੰ ਘਰ ਤਾਂ ਆ ਜਾਣਾ ਚਾਹੀਦਾ ਸੀਗਾ ਜੇ ਕੋਈ ਅਜਿਹਾ ਨੋਟਿਸ ਉਹਨਾਂ ਨੇ ਦੇਣਾ ਸੀਗਾ। ਪਹਿਲੀ ਗੱਲ ਤਾਂ ਇਹਦੀ ਪੂਰੀ ਘੋਖ ਪੜਤਾਲ ਹੋਣੀ ਚਾਹੀਦੀ ਸੀ। ਜਿਹੜੇ ਸੂਤਰਾਂ ਰਾਹੀਂ ਇਹ ਨੋਟਿਸ ਆਇਆ ਗਾ ਉਹਨਾਂ ਵੱਲੋਂ ਵੀ ਕਾਹਲੀ ਕੀਤੀ ਗਈ ਆ, ਅਤੇ ਜਿਨ੍ਹਾਂ ਤੋਂ ਜਿਨ੍ਹਾਂ ਨੇ ਇਹ ਨੋਟਿਸ ਕਹਿ ਕੇ ਇਸ਼ੂ ਕਰਵਾਇਆ ਗਾ ਉਹਨਾਂ ਨੇ ਤਾਂ ਕਾਹਲੀ ਕੀਤੀ ਆ। ਉਹਦਾ ਇਹਦੇ ਪਿੱਛੇ ਹੁਣ ਮੋਟਿਵ ਕੀ ਆ, ਕੀ ਕਾਰਨ ਨੇ, ਕੀ ਲੋਕ ਸਭਾ ਦਾ ਕੋਈ ਕਾਰਨ ਆ ਜਾਂ ਕੋਈ ਸਿਆਸੀ ਕਿੜ ਕੱਢਣਾ ਚਾਹੁੰਦੀਆਂ ਨੇ ਪਾਰਟੀਆਂ ਜਾਂ ਰੂਲਿੰਗ ਪਾਰਟੀਆਂ, ਇਹ ਹਜੇ ਇੱਕ ਜਾਂਚ ਦਾ ਵਿਸ਼ਾ ਹੈਗਾ। ਇਸ ਕਰਕੇ ਜਿਹੜੀ ਅੱਜ ਦੀ ਮੀਡੀਆ ਦੇ ਹਵਾਲੇ ਦੀ ਖਬਰ ਆ ਜਾਂ ਜੋ ਵੀ ਹੈਗਾ ਤਾਂ ਇਹ ਗਲਤ ਕੀਤਾ ਗਿਆ, ਜਲਦਬਾਜ਼ੀ ਕੀਤੀ ਗਈ ਹੈ। ਇਸ 'ਤੇ ਪਹਿਲੂ ਸੈਂਟਰ ਗਵਰਨਮੈਂਟ ਨੂੰ, ਸਟੇਟ ਗਵਰਨਮੈਂਟ ਨੂੰ ਗੌਰ ਕਰਨਾ ਚਾਹੀਦਾ। ਕਿਲ ਸਾਹਿਬ, ਇੱਕ ਹੋਰ ਅੱਜ ਪੰਜਾਬ ਸਰਕਾਰ ਨੇ ਇੱਕ ਉਹ ਕੀਤਾ, ਹੈਲਥ ਸੈਕਟਰੀ ਨੂੰ ਨੋਟਿਸ ਦਿੱਤਾ ਕਿ ਤੂੰ ਸਾਡੀ ਬਿਨਾਂ ਨੋਟਿਸ ਲਿਆਂਦਿਆਂ ਇਹ ਕਿਉਂ ਹੈ ਜਿਹੜੀ ਜਾਣਕਾਰੀ ਉਹ ਤੋਂ ਮੰਗੀ ਗਈ? ਮੈਂ ਤਾਂ ਕਹਿੰਦਾ ਵੀ ਪੰਜਾਬ ਸਰਕਾਰ ਹੈ ਜਿਹੜੀ ਉਹ ਸੈਂਟਰ ਨਾਲ ਮਿਲੀ ਹੋਈ ਹੈਗੀ, ਅਤੇ ਹੋ ਸਕਦਾ ਉਹਨਾਂ ਨੇ ਪਰੇਸ਼ਾਨ ਕਰਨ ਵਾਸਤੇ ਇਹ ਨੋਟਿਸ ਦਵਾਇਆ ਹੋਵੇ। ਹੁਣ ਜਿਹੜਾ ਆਪਣਾ ਚੀਫ ਸੈਕਟਰੀ ਹੈਲਥ ਨੂੰ ਜਿਹੜਾ ਨੋਟਿਸ ਦਿੱਤਾ ਗਿਆ ਗਾ ਕਿ ਇਹ ਉਹਨਾਂ ਨੂੰ ਪਤਾ ਨਹੀਂ ਸੀਗਾ ਵੀ ਇਹ ਟ੍ਰੀਟਮੈਂਟ ਸ਼ੁਰੂ ਹੋਣ ਜਾ ਰਿਹਾ ਜਾਂ ਟ੍ਰੀਟਮੈਂਟ ਸ਼ੁਰੂ ਹੋ ਗਿਆ ਜਾਂ ਪ੍ਰੈਗਨੈਂਸੀ ਹੋ ਗਈ ਜਾਂ ਬੱਚੇ ਨੇ ਜਨਮ ਲੈਣਾ ਕਦੋਂ ਲੈਣਾ ਗਾ, ਇਹ ਜਿਹੜੀਆਂ ਗੱਲਾਂ ਨੇ ਇਹ ਬਿਲਕੁਲ ਜਲਦਬਾਜ਼ੀ ਵਾਲੀਆਂ ਗੱਲਾਂ ਨੇ, ਸਿਰਫ ਪਰੇਸ਼ਾਨ ਕਰਨ ਵਾਲੀਆਂ ਗੱਲਾਂ ਨੇ। ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਵੀ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਪੈ ਕੇ ਮੀਡੀਏਸ਼ਨ ਕਰਕੇ ਇਹ ਨੋਟਿਸ ਵੀ ਕੈਂਸਲ ਕਰਵਾਉਣਾ ਚਾਹੀਦਾ, ਅਤੇ ਜਿਹੜੇ ਅਫਸਰਾਂ ਵੱਲੋਂ ਦਿੱਤਾ ਗਿਆ ਉਹ ਲਿਖਤੀ ਰੂਪ 'ਚ ਉਹਨਾਂ ਤੋਂ ਮਾਫ਼ੀ ਵੀ ਮੰਗਾਉਣੀ ਚਾਹੀਦੀ ਵੀ ਸਾਡੇ ਤੋਂ ਜਲਦਬਾਜ਼ੀ ਦੇ ਵਿੱਚ ਇਹ ਨੋਟਿਸ ਦਿੱਤਾ ਗਿਆ। ਵਕੀਲ ਸਾਹਿਬ, ਇਸ ਪੂਰੇ ਮਾਮਲੇ ਦਾ ਐਂਡ ਕੀ ਨਿਕਲਣਾ, ਕੀ ਸਿੱਟਾ ਨਿਕਲੂਗਾ ਇਸ ਪੂਰੇ ਮਾਮਲੇ ਦਾ ਜਿਹੜਾ ਇੰਨੀ ਜ਼ਿਆਦਾ ਉਠਾਇਆ ਗਿਆ, ਕਿਉਂਕਿ ਭਾਰਤ ਦੇ ਵਿੱਚ ਪਹਿਲਾਂ ਵੀ ਤਾਂ ਬੱਚੇ ਜਨਮਦੇ ਹੋਣੇ? ਤੁਸੀਂ ਇੱਕ ਚੀਜ਼ ਦੇਖੋ ਵੀ ਬਹੁਤ ਇਹੋ ਜਿਹੇ ਹੋਸਪਿਟਲ ਨੇ ਜਿਨ੍ਹਾਂ ਨੇ ਮਾਰਕੀਟ ਦੇ ਵਿੱਚ ਆਪਦੇ ਫਲੈਕਸ ਬੋਰਡ ਲਗਾਏ ਹੋਏ ਨੇ ਅਤੇ ਉਹ ਦਿਖਾ ਰਹੇ ਨੇ ਵੀ 58 ਸਾਲ ਦੀ, 60 ਸਾਲ ਦੀ, ਈਵਨ ਕਿ ਮੈਂ ਇੱਕ ਹਰਿਆਣੇ ਦਾ ਪੜ੍ਹ ਰਿਹਾ ਸੀ 62-63 ਸਾਲ ਦੀ ਲੇਡੀਜ਼ ਨੇ ਵੀ ਬੱਚੇ ਨੂੰ ਜਨਮ ਦਿੱਤਾ ਸੀਗਾ। ਇਸ ਕਰਕੇ ਜਿਹੜੀਆਂ ਇਹ ਜਿਹੜੇ ਨੋਟਿਸ ਆ ਰਹੇ ਨੇ, ਜਿਹੜਾ ਇਹ ਟਾਰਗੇਟ ਕੀਤਾ ਜਾ ਰਿਹਾ, ਇਹ ਬਿਲਕੁਲ ਇੱਕ ਸਿਆਸੀ ਕਿੜ ਕੱਢੀ ਜਾ ਰਹੀ ਹੈ, ਕੋਈ ਲੋੜ ਨਹੀਂ ਸੀ ਨੋਟਿਸ ਦੀ। ਅੱਜ ਤਾਂ ਗੱਲ ਜਦੋਂ ਕਲੀਅਰ ਹੋ ਗਈ ਵੀ ਜਦੋਂ ਇੱਥੋਂ ਟ੍ਰੀਟਮੈਂਟ ਸ਼ੁਰੂ ਨਹੀਂ ਹੋਇਆ ਤਾਂ ਫਿਰ ਨੋਟਿਸ ਦਾ ਮਤਲਬ ਕੀ? ਇਸ ਕਰਕੇ ਇਹ ਨੋਟਿਸ ਨੂੰ ਇਮੀਡੀਏਟਲੀ ਕੈਂਸਲ ਕਰਨਾ ਚਾਹੀਦਾ, ਅਤੇ ਜੋ ਖੁਸ਼ੀਆਂ ਦੇਸ਼ ਆਪਣੇ ਪਰਿਵਾਰ ਦੇ ਵਿੱਚ ਆਈਆਂ ਨੇ ਜਾਂ ਜੋ ਵੀ ਪੂਰਾ ਜੋ ਸੰਸਾਰ ਪੂਰਾ ਖੁਸ਼ ਹੈਗਾ ਉਹਨੂੰ ਖੁਸ਼ੀਆਂ ਨੂੰ ਬਰਕਰ ਰਹਿਣਾ ਚਾਹੀਦਾ।